ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਥਾਰਾ ਗੱਲਾਂ ਗਲਾਕੜ ਪਰਮਜੀਤ ਲਾਡਾ, ਆਰ ਬੀ ਜੀ ਸਿਆਸਤੀ ਰੰਗ ਲਾਡੇ ਕੇ ਸੰਗ ਇਸ ਪ੍ਰੋਗਰਾਮ ਜੋ ਥਾਰਾ ਦੇ ਸਵਾਗਤ ਕਰ ਰਿਹਾ। ਆਰ ਬੀ ਜੀ, ਅੱਜ ਦੀਆਂ ਬੜੀਆਂ ਖਬਰਾਂ ਲੈ ਕੇ ਆਇਆ ਵੀਰ। ਇਹ ਸਰਸੇ ਵਾਲੇ ਸਾਧ ਨੇ ਵੀਰ, ਇਹ ਕਹਿ ਲਓ ਵੀ ਆਪਣੀ ਇੱਕ ਬੜੀ ਖਬਰ ਬਾਹਰ ਕੱਢ ਕੇ ਰੱਖਤੀ ਆਰ ਇਸ ਕੇ ਗੈਲ ਗੈਲ ਅਕਾਲੀ ਦਲ। ਇਹ ਬਠਿੰਡੇ ਵਾਲੀ ਸੀਟ ਪਰ ਡਰ ਰਿਹਾ ਆਰ ਨਵਜੋਤ ਸਿੱਧੂ ਬਾ, ਇਹ ਕਹਿ ਲਓ ਐਫ ਆਈ ਆਰ ਹੋ ਗਈ। ਔਰ ਇਹ ਸਤੋਜ ਵਾਲੇ ਭਗਵੰਤ ਨੇ 1 ਲੱਖ ਬੰਦਾ ਜੋੜ ਲਿਆ, ਕਿੱਥਾ ਜੋੜਿਆ ਇਹ ਵੀ ਦੱਸਾਂ। ਆ ਪਹਿਲੀ ਖਬਰ ਸੁਣ ਲਿਓ ਵੀਰ, ਅੱਜ ਦੀ ਜਿਹੜੀ ਨਿਕਲ ਕੇ ਆਈ। ਆਰ ਵੀਰ ਕਹਿ ਰਹੇ ਯੋ ਇਬ ਲੋਕ ਸਭਾ ਵੋਟਾਂ ਦਾ ਰੌਲਾ ਸ਼ੁਰੂ ਹੋ ਗਿਆ। ਆਰ ਇਸੀ ਕਰਕਾ ਇਬ ਯੋ ਜਿਹੜਾ ਡੇਰਾ ਸਿਰਸਾ, ਯੋ ਜੀ ਯੋ ਜਿਹੜਾ ਪਿਤਾ ਜੀ ਕਹਾਂ ਜਿਸ ਨੂੰ, ਯੋ ਇਸ ਡੇਰੇ ਦੇ ਵਿੱਚ ਮਾ ਕਹਿ ਹਲਚਲ ਫੇਰ ਸ਼ੁਰੂ ਹੋ ਗਈ। ਆਰ ਇਹ ਕਹਿ ਲਓ ਵੀ ਕਿਸੇ ਵੀ ਸਿਆਸੀ ਪਾਰਟੀ ਨੂੰ ਕਹਿ ਵੀ ਇਬ ਖੁੱਲ੍ਹ ਕੇ ਸਮਰਥਨ ਕਰਨ ਗਿਆ, ਬਾਤਾਂ ਯੋ ਪ੍ਰੇਮੀ ਨਹੀਂ ਕਰਦੇ। ਯੋ ਵੀਰ ਜਿਹੜਾ ਗੁਰਮੀਤ ਰਾਮ ਰਹੀਮ ਯੋ ਡੇਰੇ ਵਾਲਾ ਸਾਧ ਸਨਾਰੀਆ ਜੇਲ੍ਹ ਦੇ ਵਿੱਚ ਬੰਦ ਕਰ ਰੱਖਿਆ, ਇਸ ਕੇ ਬੰਦੇ ਵੀਰੇ ਖੁੱਲ੍ਹੀ ਹਮਾਇਤ ਕਰਨ ਦੇ ਡਰ ਰਹੇ। ਆਰ ਵੀਰੇ ਕਹਿ ਲਓ ਪੈਰੋਕਾਰ ਜਿਹੜੇ ਇਸ ਕੇ ਪ੍ਰੇਮੀ, ਇਹ ਪ੍ਰੇਮੀਆਂ ਨੂੰ ਖੁੱਲ੍ਹਾ ਸੱਦਾ ਦੇ ਰਹੇ ਵੀ ਥੰਮ ਸਤਸੰਗ ਆਏ ਕਰੋ। ਆਰ ਵੀ ਉਹ ਕਹਿ ਲਓ ਵੀ ਇਨਕਾ ਮਨੋਬਲ ਵਧਾਉਣ ਖਾਤਰ ਇਹ ਕੰਮ ਸ਼ੁਰੂ ਕਰਤਾ, ਸਤਸੰਗ ਹੋਵਾ ਵੀ ਸਰਸੇ ਵਾਲੇ ਕੀ। ਇਹ ਵੀਰ ਇਬ ਕਹਿ ਲਓ ਵੀ ਇਬ ਚੋਣਾਂ ਦੇ ਵਿੱਚ ਮੈਂ ਇਹ ਕਹਿ ਲਓ ਬੀਗਲ ਵੱਜ ਗਿਆ ਵੀ ਲੋਕ ਸਭਾ ਵਿੱਚ 13 ਲੋਕ ਸਭਾ ਵੋਟਾਂ ਇਹ ਜਿਹੜੀਆਂ ਪੈਣੀਆਂ ਸੀਟਾਂ 13 ਨਿਕਲ ਕੇ ਆਈਆਂ ਪੰਜਾਬ ਮਾਂ, ਅਤੇ ਆਰ ਵੀਰ ਇਸ ਨੂੰ ਲੈ ਕੇ ਪੂਰੀ ਜ਼ੋਰਾਂ ਸ਼ੋਰਾਂ ਗੱਲ ਤਿਆਰੀ ਚੱਲ ਰਹੀ। ਆਰ ਵੀਰ ਇਬ ਕਹਿ ਰਹੇ ਵੀ ਡੇਰਾ ਇੱਕ ਵਾਰ ਫਿਰ ਇਹ ਇਸ ਬਾਤ ਨੂੰ ਲੈ ਕੇ ਸਰਗਰਮ ਹੋ ਗਿਆ, ਡੇਰਿਆਂ ਦੇ ਵਿੱਚ ਮੈਂ ਲੱਗ ਗਈਆਂ ਰੌਣਕਾਂ, ਇਬ ਪ੍ਰੇਮੀ ਭੱਜੇ ਨੱਠੇ ਫਿਰ ਰਹੇ ਵੀ ਡੇਰੇ ਦੇ ਵਿੱਚ ਮੈਂ ਜਾਹਾਂ ਝਾੜੂ ਪੋਚਾ ਕਰਕਾ, ਫਿਰ ਤਾਂ ਬਾਬਾ ਜੀ ਪ੍ਰਵਚਨ ਸੁਣਾ ਬਹਿ ਕੇ ਫਿਰ ਹੋਰ ਬਾਤਾਂ ਚਲਾਂ। ਇਹ ਕਹਿ ਲਓ ਵੀ ਰੌਣਕਾਂ ਲੱਗ ਗਈਆਂ ਆ ਡੇਰਿਆਂ ਦੇ ਵਿੱਚ ਮੈਂ ਇਹ ਚਹਿਲ ਪਹਿਲ ਪੂਰੀ ਹੋ ਗਈ, ਨਹੀਂ ਤਾਂ ਵੀ ਕਹਿ ਲਓ ਵੀ ਜੱਦਣ ਦਾ ਇਹ ਬਾਬਾ ਅੰਦਰ ਕਰਿਆ ਤਾ, ਇਹ ਤੋਂ ਕਹਿ ਲਓ ਛੋਟੇ ਛੋਟੇ ਡੇਰੇ ਤੋਂ ਬੰਦ ਹੀ ਹੋ ਜਾਏ, ਜਿੰਦੇ ਲਾ ਦਿੰਦੇ ਵੀਰ ਇਹਨਾਂ ਨੇ ਬੰਦ ਕਰ ਦਿੱਤੇ, ਕਹਾ ਵੀ ਤੋਂ ਬਾਬਾ ਜੀ ਉੱਥਾ ਗਏ ਵੇ ਸਨਾਰੀਆ ਧਾਮ ਗਏ ਵੇ ਸਨਾਰੀਆ ਧਾਮ ਉੱਥਾ ਗਏ ਵੇ ਯਾਤਰਾ ਕਰਨ, ਇਸੀ ਕਰਕੇ ਵੀਰ ਬੰਦ ਹੋ ਗਏ ਨੇ ਡੇਰੇ ਉਹ। ਆਰ ਇਸੀ ਕਰਕੇ ਵੀਰ ਇਹ ਕਹਿ ਰਹੇ ਵੀ ਸੂਬੇ ਦੇ ਵਿੱਚ ਮੈਂ ਲੋਕ ਸਭਾ ਚੋਣਾਂ ਕੇ ਵਿੱਚ ਮੈਂ ਸਿਆਸੀ ਪਾਰਟੀਆਂ ਨੂੰ ਸਮਰਥਨ ਕੇ ਬਹਾਨੇ ਡੇਰੇ ਕੇ ਵਿੱਚ ਮੈਂ ਆਪਣਾ ਦਬਦਬਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਵੀ ਜਿਹੜੇ ਆਵਾਂ ਉਹ ਸਵੇਰੇ ਸ਼ਾਮ ਨੇਰੇ ਸਵੇਰੇ ਆਵਾਂ, ਇਹ ਕਈ ਤਾਂ ਮਾਫੀਆ ਮੰਗਣ ਚਿੱਠੀਆਂ ਲੈ ਕੇ ਗਏ, ਉਹਨੂੰ ਤਾਂ ਪਤਾ ਪਹਿਲਾਂ ਕਿਤਨਾ ਰਸ ਹੋਏ ਕਰਤਾ, ਇਹ ਵੀ ਰਸ ਦਿਖਾ ਰਹੇ ਕਾ ਵੀ ਕਿਤਨੇ ਬੰਦੇ ਈਬੀ ਮਾਰੇ ਗੱਲ ਭੁਲੇਖੇ ਮੰਨ ਰਹੇ ਹੋ। ਇਸੀ ਕਰਕੇ ਵੀਰੇ ਡੇਰੇ ਮਰੌਣਕਾ ਲੱਗ ਰਿਹਾ, ਹੋਰ ਉੱਥਾ ਕਿਹੜਾ ਵੀਰ ਹੋਰ ਬਾਬਾ ਜੀ ਤੋਂ ਵੀ ਗਏ ਵੇ ਸੁਨਾਰੀਆ ਧਾਮ ਉੱਥਾ ਗਏ ਵੇ, ਇਸੀ ਕਰਕੇ ਵੀਰ ਜੀ ਪਿਤਾ ਜੀ ਕੇ ਉਹ ਚੇਲੇ ਡੇਰਿਆਂ ਦੇ ਵਿੱਚ ਮੈਂ ਵੀਰੇ ਰੌਣਕਾ ਵਧਾ ਰਹੇ। ਆਰ ਉੱਥਾ ਜਿਹੜੇ ਜਾਵਾਂ ਲੀਡਰ ਫਿਰ ਅਗਲਾ ਚੋਰੀ ਅੱਖ ਗੱਲ ਦੇਖਾ ਵੀ ਵਾਹ ਬਾਬਾ ਜੀ ਕੇ ਤੋਂ ਇਤਨੇ ਭਗਤ ਬੈਠੇ, ਮਤਲਬ ਜੋ ਸਿੱਧੀਆਂ ਕਹਿ ਲਓ ਵੀ ਇਤਨੀਆਂ ਵੋਟਾਂ, ਇਸੀ ਕਰਕੇ ਵੀ ਦਬਦਬਾ ਬਣਾਉਣ ਖਾਤਰ ਉਹ ਡੇਰਿਆਂ ਦੇ ਵਿੱਚ ਮੈਂ ਸਤਸੰਗਾਂ ਸ਼ੁਰੂ ਕਰਤੀਆਂ। ਆਰ ਯੋ ਕਹਿ ਲਓ ਵੀਰ ਲੋਕ ਸਭਾ ਚੋਣਾਂ ਦੇ ਪਹਿਲਾਂ ਇਹ ਸੁੰਨਸਾਨ ਪਏ ਅਤੇ ਉਹ ਨਾਮ ਚਰਚਾ ਘਰ ਜਿਹੜੇ ਇਨਕੇ ਡੇਰੇ ਬਣਾ ਰੱਖੇ, ਆਰ ਇਨਕੇ ਵਿੱਚ ਮੈਂ ਇੱਕ ਵਾਰ ਫਿਰ ਪ੍ਰੇਮੀ ਸ਼ਕਤੀ ਪ੍ਰਦਰਸ਼ਨ ਕਰ ਰਹੇ, ਪ੍ਰਦਰਸ਼ਨ ਚੱਲ ਰਿਹਾ ਵੀਰੇ ਵੋ, ਦੇਖੋ ਕਿਆ ਹੋਗਾ। ਔਰ ਇਬ ਯੋ ਸ਼੍ਰੀ ਅਕਾਲ ਤਖਤ ਸਾਹਿਬ ਨੇ ਜੋ ਕਹਿਤਿਆ ਦਾ ਕਹਾ ਜਿਹੜਾ ਡੇਰੇ ਜਾਏਗਾ ਵੋਟਾਂ ਮੰਗਣ ਕਾ ਵਾਹ ਆਪਣੇ ਫਿਰ ਆਪ ਜਿਵੇਂ ਬਾਹਰ ਡੇਰੇ ਮੈਂ ਜਾਣਾ ਨਹੀਂ ਵੀਰ। ਔਰ ਉੱਧਰ ਕਹਿ ਰਹੇ ਯੋ ਜਿਹੜਾ ਕਾਂਗਰਸ ਇਹਦਾ ਅਕਾਲੀਆਂ ਕਾ ਕਹਾ ਵੀ ਉਹ ਖੱਟਰ ਗੱਲ ਯਾਰੀ ਪਈ ਭਾਜਪਾ ਗੱਲ, ਔਰ ਕਹਿ ਰਹੇ ਤੇ ਕਹਾ ਸੁਣਨ ਮੈਂ ਆਇਆ ਖਬਰ ਜਿਹੜੀ ਨਿਕਲ ਕੇ ਆਈ ਸੀ, ਕਹਾ ਵੀ ਉਹ ਡੇਰੇ ਵਾਲਿਆਂ ਦੀ ਵੋਟਾਂ ਲੈਣ ਖਾਤਰ ਖੱਟਰ ਗੱਲ ਯਾਰੀ ਪਾਈ ਕਹਾ, ਨਹੀਂ ਤਾਂ ਯੋ
ਚਟਾਲਿਆਂ ਦੇ ਛੋਕਰੇ ਤਾਂ ਹੀ ਛੱਡੇ ਵੀਰ, ਚਟਾਲਿਆਂ ਨੇ ਕਹਾ ਉੱਧਰ ਬਣਨੀ ਦੀ ਬਾਤ। ਆਰ ਇਨਕਾ ਨੀਲ ਬੀਜ ਜਿਹੜਾ ਹਰਿਆਣੇ ਵਾਲਾ ਕਾ ਯੋ ਸਿਹਤ ਮੰਤਰੀ ਯੋ ਤੋਂ ਕਹਿ ਰਿਹਾ ਕਹਾ ਵੀਰ ਵੋਟਾਂ ਮੰਗਣ ਜਾ ਵੀਰ, ਡੇਰੇ ਵਾਲਾ ਘਰ ਆ ਗਿਆ ਕਾ ਫਿਰ ਕਹਾ ਛੱਡ ਦੇਂਗੇ ਡੇਰੇ ਵਾਲਾ, ਉਹਨਾਂ ਨੂੰ ਕਹਿੰਦੇ ਵੀਰ ਵੋਟਾਂ ਪਾਓ, ਪਾਣੀਆਂ ਪਵਾ ਵੀਰ, ਜਾਣਾ ਪਵਾ ਕਹਾ ਘਰ ਘਰ। ਆਰ ਇਸੀ ਕਰਕੇ ਵੀ ਯੋ ਕਹਿ ਲਓ ਵੀ ਹਰਿਆਣੇ ਵਾਲਿਆਂ ਨੂੰ ਵਿੱਚ ਪਾ ਕੇ ਆਈ, ਵਾ ਕਹਿ ਵੀ ਅਕਾਲੀ ਦਲ ਉੱਥੇ ਤਾਂ ਵੋਟਾਂ ਇਕੱਠੀਆਂ ਕਰ ਸਕਾ। ਯੋ ਖਬਰ ਕੁਝ ਦਿਨ ਪਹਿਲਾਂ ਪ੍ਰਕਾਸ਼ ਤੋਂ ਅਖਬਾਰ ਕੇ ਵਿੱਚ ਪੜ੍ਹੀ ਈ ਬਈ, ਉਹ ਕਹਿ ਲਓ ਵੀਰ ਈ ਡੇਰੇ ਵਾਲਿਆਂ ਨੇ ਹਾਲੇ ਦੱਸਿਆ ਤਾਂ ਹੈ ਨਹੀਂ ਕਿਹੜੇ ਪਾਸੇ ਨੂੰ ਜਾਣਾ, ਪਰ ਸਖਤੀ ਪ੍ਰਦਰਸ਼ਨ ਡੇਰੇ ਵਾਲਿਆਂ ਦਾ ਸ਼ੁਰੂ ਹੋ ਗਿਆ। ਆਰ ਈਸੀ ਦਾ ਬੜਾ ਫਾਇਦਾ ਚੱਕ ਸਕਾ, ਪੰਜਾਬ ਦੀਆਂ ਬੜੀਆਂ ਬੜੀਆਂ ਭਾਰ ਚਲੋ ਖੈਰ। ਆਰ ਇਹ ਸਮਰਥਨ ਕਿਸ ਨੂੰ ਕਰੇਂਗੇ ਵੀਰ, ਯੋ ਤਾਂ ਆਖਰੀ ਟਾਈਮ ਪਾ ਯੋ ਜਿਹੜੇ ਸਨਾਰੀਆ ਧਾਮ ਗਏ ਵੇ ਬਾਬਾ ਜੀ, ਸਨਾਰੀਆ ਧਾਮ ਵਾਲੇ ਬਾਬਾ ਜੀ ਦੱਸੇਂਗੇ ਵੀ ਕਿਹੜੇ ਪਾਸੇ ਜਾ ਕੇ ਕਿਹੜਾ ਬਟਨ ਦੱਬਣ, ਪਿੱਛੇ ਕਹਿ ਰਹੇ ਕਹਿ ਨੋਟੇ ਵਾਲਾ ਦੱਬੇਂਗੇ, ਕਹਾ ਨੋਟ 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 ਹਰੀ ਪਤਾ ਨਹੀਂ ਨੋਟੇ ਦੱਬੇਂਗੇ ਹੋਰ ਕੋਈ ਹੋਰ ਦੱਬ ਸਕਣਾ। ਚਲੋ ਖੈਰ ਅਗਲੀ ਖਬਰ ਸੁਣੋ, ਸ਼੍ਰੋਮਣੀ ਅਕਾਲੀ ਦਲ ਵੀਰ ਕਢਾਈ ਪ੍ਰਕਾਸ਼ ਵਾਲੇ ਛੋਕਰੇ ਕੀ, ਆਰ ਪ੍ਰਕਾਸ਼ ਬਾਦਲ ਕੀ ਛੋਕਰੇ ਕੀ ਖਬਰ ਨਿਕਲ ਕੇ ਆਈ ਵੀਰ, ਕਹਿ ਵੀ ਵਿਰੋਧੀਆਂ ਤੇ ਕਹਿ ਵੀ ਸ਼੍ਰੋਮਣੀ ਅਕਾਲੀ ਦਲ ਡਰ ਰਹੀ ਵਾ, ਇਸੀ ਕਰਕੇ ਕਹਿ ਸਾਰੀ ਸੀਟਾਂ ਐਲਾਨ ਕਰਤੀਆਂ, ਬਠਿੰਡਾ ਫਿਰੋਜ਼ਪੁਰ ਵਾਲੀ ਸੀਟ ਨਹੀਂ ਐਲਾਨ ਕਰ ਰਹੇ ਕਹਾ, ਉਹ ਕਹਾ ਵੀ ਬਹੁਤ ਕੱਚੀ ਗੱਲ ਕਰ ਰਹੇ। ਆਰ ਅਕਾਲੀ ਨੂੰ ਕਹਾ ਵੀ ਉਹ ਪ੍ਰਕਾਸ਼ ਬਾਦਲ ਉਹ ਜਿਹੜਾ ਬੀਬੀ ਹਰਸਿਮਰਤ ਕੌਰ ਬਾਦਲ ਕਾ ਸਹੁਰਾ, ਇਹੋ ਬਜ਼ੁਰਗ ਤੋਂ ਗਰਮੀ ਮੈਂ ਦੇਖ ਲਓ ਪਿੰਡਾਂ ਪਿੰਡਾਂ ਮੈਂ ਜਾ ਕੇ ਉੱਥਾ ਵੀਰ ਸੰਗਤ ਦਰਸ਼ਨ ਕਰ ਰਿਹਾ ਵੀ ਉਹ ਮਾਰੀ ਨੂੰਹ ਨੂੰ ਦਿੱਤਾ ਹੋਵੇ, ਤੱਕੜੀ ਕੇ ਇਨਸਾਨ ਪਰ ਦੱਬੋ ਇਨਸਾਨ ਦੱਬੋ ਕੋ ਤੱਕੜੀ। ਆਰ ਵੀਰ ਕਹਿ ਰਹੇ ਵੀ ਈਬ ਤੱਕ ਐਲਾਨ ਨਹੀਂ ਕਰਿਆ ਇਹਨਾਂ ਨੇ, ਕਾਂਗਰਸ ਵਾਲੇ ਕਹਿੰਦੇ ਡਰਾਂ ਜੋ ਡਰਦੇ ਦੱਸਦੇ ਨਹੀਂ ਕਹਾ, ਕਿੱਥਾ ਖੜੀ ਕਰਨੀ ਬੀਬੀ, ਆਹ ਫਿਰੋਜ਼ਪੁਰ ਵਾਲੀ ਸੀਟ ਵਿਹਲੀ ਕਰ ਰੱਖੀ, ਆਰ ਉੱਧਰ ਕਹਿ ਲਓ ਵੀ ਈਬ ਬਠਿੰਡੇ ਵਾਲੀ ਸੀਟ ਵਿਹਲੀ ਕਰ ਰੱਖੀ। ਆਰ ਕਹਾ ਵੀ ਪ੍ਰਚਾਰ ਰੈਲੀਆਂ ਚੱਲ ਰਹੀਆਂ ਈਬ ਤੱਕ, ਕਹਾ ਸੁਖਬੀਰ ਬਾਦਲ ਜਿਹੜਾ ਰੈਲੀਆਂ ਕਰ ਰਿਹਾ ਕਹਾ, ਉਹ ਕਹਾ ਸਮਝ ਮੈਂ ਨਹੀਂ ਆ ਰਹੀ ਕਿਸ ਖਾਤਰ ਕਰ ਰਿਹਾ, ਈ ਵੀ ਉਹ ਨਹੀਂ ਸਮਝ ਲੱਗ ਰਹੀ। ਵਿਰੋਧੀ ਕਹਿ ਰਹੇ ਕਹਾ ਵੀਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ, ਕੇਂਦਰੀ ਮੰਤਰੀ ਕਾ ਹਰਸਿਮਰਤ ਕੌਰ ਬਾਦਲ, ਪਾਰਟੀ ਦਾ ਉਮੀਦਵਾਰ ਐਲਾਨੇ ਐਲਾਨ ਕਰਨ ਤੋਂ ਬਿਨਾਂ ਕਹਾ ਉਹ ਸਾਰੀਆਂ ਚੋਣ ਰੈਲੀਆਂ ਕਰ ਰਿਹਾ ਕਹਾ, ਉਹ ਨਹੀਂ ਮੈਨੂੰ ਸਮਝ ਮੰਨਦਾ ਵੀਰ ਉਹ ਕਿਆ ਬਣ ਰਿਹਾ। ਆਰ ਇਸਕੇ ਵਿੱਚ ਮੈਂ ਕਹਾ ਵੀ ਉਹ ਲੋਕਾਂ ਨੂੰ ਕਹਾ, ਉਹ ਕਹਿ ਰਹੇ ਵੀ ਉਹ ਜਿਹੜੇ ਚੁਗਲੀਬਾਜ਼ ਵਾ ਭਰੋਸੇ ਸੂਤਰ, ਉਹ ਕਹਿ ਰਹੇ ਕਹਾ ਟੈਸਟ ਕਰਕੇ ਦੇਖ ਰਹੇ ਬੰਦਿਆਂ ਨੂੰ, ਬੰਦੇ ਕਿਆ ਭਾਸ਼ਾ ਬੋਲਾ, ਕਿੱਥਾ ਸੂਈ ਰੱਖਾਂ, ਕਿਆ ਇਨਕੇ ਦਿਲ ਕੀ, ਕਿਆ ਇਨਕੇ ਮਨ ਕੀ, ਆਈ ਉਹ ਬਾਤਾਂ ਚੈੱਕ ਕਰ ਰਹੇ, ਇਸੀ ਕਰਕੇ ਕਹਾ ਉਹ ਸਾਰਾ ਕੰਮ ਚੱਲ ਰਿਹਾ ਵੀਰ। ਆਰ ਕਹਾ ਇਹ ਤਾਂ ਵੀਰ ਕਹੇ ਵੀ ਉਹ ਚੈੱਕ ਕਰ ਰਹੇ ਵੀ ਕਿਹੜਾ ਬੰਦਾ ਕਿਹੜੇ ਪਾਸੇ ਨੂੰ ਦੌੜਨ ਦੀ ਕੋਸ਼ਿਸ਼ ਕਰ ਰਿਹਾ, ਕਹਾ ਇਸੀ ਕਰਕੇ ਉਹ ਸਾਰਾ ਕੰਮ ਚੱਲ ਰਿਹਾ। ਆਰ ਇਸੀ ਕਰਕੇ ਕਹਾ ਬੀਬੀ ਨਾਲ ਪ੍ਰਧਾਨ ਮੰਤਰੀ ਆ ਰਿਹਾ, ਆਰ ਬਾਦਲ ਪਰਿਵਾਰ ਕਹਿ ਵੀ ਈਬ ਦੇਖ ਰਿਹਾ ਵੀ ਲੋਕ ਕਿਹੜੇ ਪਾਸੇ ਨੂੰ ਕਹਾ ਹੰਗਾਰਾ ਭਰ ਰਹੇ, ਈਬ ਦੇਖ ਲਓ ਵੀਰ ਬੇਅਦ ਵੀ ਕਾਂਡ ਇਹ ਹੋਇਆ, ਇਸ ਕਰਕੇ ਕਹਿ ਲਓ ਵੀ ਅਕਾਲੀ ਦਲ ਕਹਾ ਗਰਾਹ ਬਹੁਤ ਤਲਾ ਗਿਰ ਗਿਆ, ਇਸੀ ਕਰਕੇ ਵੀ ਹੰਗਾਰਾ ਦੇਖ ਰਹੇ। ਆਰ ਉਸ ਹਿਸਾਬ ਗੱਲ ਕਹਾ ਵੀ ਆਪਣੀ ਅਗਲੀ ਰਣਨੀਤੀ ਤਿਆਰ ਕਰਕੇ ਬੀਬੀ ਨੂੰ ਕਹਾ ਮੈਦਾਨ ਮਾ ਤਾਰੇਗੀ, ਆਰ ਇਸੀ ਕਰਕੇ ਕਹਾ ਫਿਰੋਜ਼ਪੁਰ ਵਾਲੀ ਸੀਟ ਵਿਹਲੀ ਕਰ ਰੱਖੀ। ਆਰ ਉੱਥਾ ਪ੍ਰਕਾਸ਼ ਬਾਦਲ ਛੋਕਰਾ ਕਹਿ ਬਾਦਲ ਪਰਿਵਾਰ ਕਹਾ ਇਹਨਾਂ ਨੇ ਖਾਲੀ ਸੀਟ ਇਸੀ ਕਰਕੇ ਰੱਖੀ, ਮੈਂ ਕਹਾ ਜੇ ਬੀਬੀ ਕਹਾ ਬਠਿੰਡੇ ਨਾ ਮਤਲਬ ਇੰਕਾ ਬਣਿਆ ਫਿਰ ਇਹਨਾਂ ਨੂੰ ਕਹਾ ਫਿਰੋਜ਼ਪੁਰ ਵਾਲੀ ਸੀਟ ਪਾ ਖੜੀ ਕਰ ਦੇ। ਆਰ ਵੀਰ ਇਸੀ ਕਰਕੇ ਬਾਦਲ ਪਰਿਵਾਰ ਹਾਲਾਤਾਂ ਦੇ ਮੁਤਾਬਕ ਫੈਸਲਾ ਲਵੇਗਾ, ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਉਸ ਤਰ੍ਹਾਂ ਕਾ ਫੈਸਲਾ। ਆਰ ਇਹ ਦੋਵੇਂ ਸੀਟਾਂ ਵਾ ਚੋਣ ਲੜਨ ਦੀ ਤਿਆਰੀ ਹੋਇਆ, ਇਹ ਦੋਆ ਪਾ ਖੜੀ ਕਰੇਂਗੇ ਬੀਬੀ ਨੂੰ, ਇੱਕ ਸੀਟ ਪਾ ਖੜੀ ਕਰੇਂਗੇ ਬੀਬੀ ਨੂੰ, ਕਹਾ ਯੋ ਬਹੁਤ ਕਹਾ ਇੰਪੋਰਟੈਂਟ ਬਾਤ। ਆਰ ਫਿਰੋਜ਼ਪੁਰ ਤੇ ਭੱਜ ਗਾ ਕਹਾ ਬੀਬੀ ਨੂੰ ਬਠਿੰਡੇ ਖੜੀ ਕਰ ਸਕਾਂ, ਜੇ ਬਠਿੰਡੇ ਕਹਾ ਕੰਮ ਨਾ ਠੀਕ ਲੱਗਾ ਫਿਰੋਜ਼ਪੁਰ ਖੜੀ ਕਰ, ਇਹ ਕਹਾ ਇਹ ਵੀ ਦੱਸਿਆ ਨਹੀਂ ਇਹਨਾਂ ਨੇ, ਚਲੋ ਦੱਸ ਦੇਂਗੇ ਵੀਰ ਹੌਲੀ ਹੌਲੀ ਦੱਸ ਦੇਗਾ, ਟਾਈਮ ਹੈ ਹਲੇ ਕੋਈ ਬਾਤ ਨਹੀਂ ਭਰ ਦੇ ਪਰਚਾ। ਅਗਲੀ ਖਬਰ ਨਵਜੋਤ ਸਿੱਧੂ ਹੈ ਪਰ ਵੀਰ ਪਰਚਾ ਹੋ ਗਿਆ, ਉੱਧਰ ਬੀਬੀ ਪਰਚਾ ਭਰਦੀ ਨਹੀਂ ਇੱਧਰ ਨਵਜੋਤ ਸਿੱਧੂ ਆ ਪਰਚਾ ਦਰਜ ਹੋ ਗਿਆ।
ਇਹ ਵੀਰ ਕਹਿ ਰਹੇ ਵੀ ਐਫ ਆਈ ਆਰ ਦਰਜ ਹੋ ਗਈ ਨਵਜੋਤ ਸਿੰਘ ਤੋਂ, ਬਿਹਾਰ ਕੇ ਮੁੱਖ ਚੋਣ ਅਧਿਕਾਰੀ ਜਿਹੜਾ, ਇਸਨੇ ਵੀਰ ਐਚ ਆਰ ਸੀ ਨਿਵਾਸ ਸੀਸਾ ਛੋਕਰਿਆਂ ਨੂੰ ਇਸਨੇ ਦੱਸਿਆ ਵੀ ਸਿੱਧੂ ਖਿਲਾਫ਼ ਕਾਮਾ ਨੇ ਧਾਰਾ 103 ਆਰ ਬਟਾ 3 ਇਸਕੇ ਤਹਿਤ ਕੇਸ ਦਰਜ ਕਰ ਲਿਆ ਕਾਮਾ ਨੇ ਕਾਈ ਉਹ ਧਾਰਾ ਉਮੀਦਵਾਰਾਂ ਕੇ ਤਰਫ਼ ਤੇ ਕਹਾ ਵੀ ਭਾਰਤ ਕੇ ਜਿਹੜੇ ਨਾਗਰਿਕ ਨੇ ਉਹਨੂੰ ਧਰਮ ਜਾਤੀ ਫਿਰਕੇ ਦੇ ਭਾਸ਼ਣ ਕੇ ਆਧਾਰ ਕੇ ਉੱਪਰ ਨਫ਼ਰਤ ਦੁਸ਼ਮਣੀ ਔਰ ਇਸ ਤਰ੍ਹਾਂ ਦੀ ਭਾਵਨਾ ਵਧਾਉਣ ਦੀ ਕੋਸ਼ਿਸ਼ ਕਰਾਂ ਜਿਹੜੇ ਬੰਦੇ ਕਹਾ ਇਸਕੇ ਉੱਪਰ ਹੀ ਉਹ ਫਿੱਟ ਹੋਵੇਗਾ ਇਹ ਭਾਸ਼ਣ ਇਸੀ ਕਰਕੇ ਕਾਮਾ ਨੇ ਲਾਇਆ ਆਰ ਵੀਰ ਉੱਥਾ ਕਹਿ ਵੀ ਉਹ ਬਿਹਾਰ ਕੇ ਵਿੱਚੋਂ ਜਿਹੜੀ ਸੀਟ ਵਾ ਕੱਲ੍ਹ ਗਿਆ ਪ੍ਰਚਾਰ ਕਰਨ ਉੱਥਾ ਅਸਦੁਦੀਨ ਅਵੇਸੀ ਉਹ ਜਿਹੜਾ ਅਵੇਸੀ ਦਾ ਬੰਦਾ ਖੜਾ ਕਰ ਰੱਖਿਆ ਕਹਾ ਅਵੇਸੀ ਉੱਪਰ ਕਹਾ ਵਿਰੋਧੀ ਸਥਾਨਕ ਲੋਕਾਂ ਦੇ ਉੱਪਰ ਵੋਟਾਂ ਵੰਡ ਕਾ ਕਹਾ ਵੋਟਾਂ ਲੱਗੇ ਲੈਣੇ ਕੀ ਗੱਲ ਜਾਮ ਲਾ ਤੇ ਅਸਦੁਦੀਨ ਅਵੇਸੀ ਦੇ ਉੱਪਰ ਔਰ ਅਵੇਸੀ ਇਸਕੇ ਬੰਦੇ ਨੇ ਕਹਾ ਅੱਗਾ ਕਹਾ ਪਰਚਾ ਪੁਰਚਾ ਕਰਾਤਾ ਵੀ ਪਰਚਾ ਹੋ ਗਿਆ ਚਲੋ ਕੋਈ ਬਾਤ ਨਹੀਂ ਪਰਚੇ ਤੋਂ ਹੋਵਾਂ ਬਾਦਲ ਸਾਹਿਬ ਵੀ ਕਹਿੰਦੇ ਕਹਾ ਜਿਹੜੇ ਬੰਦੇ ਪਰਚਾ ਨਹੀਂ ਹੁੰਦਾ ਕਹਾ ਵੀ ਮੰਤਰੀ ਕਹਦਾ ਕਹਾ ਪਰਚਾ ਹੀ ਨਹੀਂ ਹੈ ਤੁਹਾਡੇ ਕੋਲ ਵੀ ਪਰਚਾ ਹੋ ਗਿਆ ਸਿੱਧੂ ਆ ਆ ਸਿੱਧੂ ਵੀ ਪਰਚੇ ਚਲੋ ਜਾਂਦਾ ਰਹੇ ਡੇਟ ਡੂਟ ਪੈ ਜਾਏਗਾ ਅੱਗਾ ਪੈ ਜਾਏਗਾ ਰੀਡਰ ਹੈ ਬੰਦੇ ਬਹੁਤ ਰੱਖੇ ਹੋਏ ਮੈਂ ਅਗਲੀ ਖਬਰ ਲੋਕ ਸਭਾ ਚੋਣਾਂ ਵਿੱਚ ਜਿਵੇਂ ਉਹ ਕਹਿ ਲਓ ਵੀ ਸੰਗਰੂਰ ਤੇ ਯੋਜਨ ਦਾ ਮਤਲਬ ਭਗਵੰਤ ਮਾਨ ਇਹ ਵੀਰ ਇਸਨੇ ਕਹਾ ਅੱਜ ਐਲਾਨ ਕਰਿਆ ਕਹਾ ਵੀਰ ਕਹਾ ਮੈਂ 1,00,000 ਬੰਦਾ ਜੋੜ ਲਿਆ ਕਹਾ ਇਹ ਮਨੀਸ਼ ਸਿਸੋਦੀਆ ਕਹਾ ਮੈਨੂੰ ਗੁਰਮੰਤਰ ਦੇਗਾ ਗਿਆ ਗਾ ਇਹ ਮਨੀਸ਼ ਸਿਸੋਦੀਆ ਗੁਰਮੰਤਰ ਕਹਾ ਜੀ ਪੰਜਾਬ ਦੇ ਵਿੱਚ ਫਿੱਟ ਕਰਨਗੇ ਆਰ ਵੀਰ ਕਹਾ ਵੀ ਵਲੰਟੀਅਰ ਫੌਜ ਤੱਕ ਤਿਆਰ ਕਰਨੀ ਮੈਂ ਕਹਾ ਬਾ ਹੋਲ ਹੀ ਤਿਆਰ ਤੋਂ ਕਹਾ ਬਸ ਇਹ 13 ਸੀਟਾਂ ਦੇ ਉੱਪਰ ਕਹਾ ਮਾਰੇ ਵਲੰਟੀਅਰ ਜਾਵੇਂਗੇ ਉੱਥਾ ਔਰ ਵਲੰਟੀਅਰ ਕਹਾ ਘਰ ਘਰ ਜਾ ਕਾ ਕਹਾ ਸਾਰਿਆਂ ਨੂੰ ਦੱਸੇਗੇ ਕਹਾ ਵੀ ਉਹ ਜਿਹੜੀ ਥਾਣਾ ਬਾਦਲ ਸਰਕਾਰ ਭੇਜੀ ਦੀ ਕਹਾ ਬਾਦਲ ਸਰਕਾਰ ਤੇ ਵੀ ਅੱਗਾ ਮਾੜੀ ਕਾਂਗਰਸ ਸਰਕਾਰ ਆ ਗਈ ਯੋ ਥੰਮ ਕਿਹੜੇ ਚੱਕਰਾਂ ਪੈ ਰਹੇ ਵੀਰ ਥੰਮ ਝਾੜੂ ਬਟਨ ਦੱਬੋ ਔਰ ਕਹਾ ਵੀ 1,00,000 ਘਰਾਂ ਮੈਂ ਜਾਵੇਂਗੇ ਉੱਥਾ ਕਹਾ 1,00,000 ਘਰਾਂ ਦੇ ਵਿੱਚ ਮੈਂ ਲੋਕਾਂ ਨੂੰ ਦੱਸੇਗੇ ਜਾ ਵੀ ਥਾਰੇ ਬਾਈ ਉਹ ਥਾਰੇ ਬੇਕਤਾ ਪੈ ਸਕਾ ਅੱਗਾ ਜੇ ਥੰਮ ਨੇ ਜੋ ਕੰਮ ਕਰਤਿਆ ਇਹ ਬਾਤਾਂ ਕਹਾ ਘਰ ਘਰ ਜਾ ਕੇ ਦੱਸੇਗੇ ਮਾਰੇ ਵਲੰਟੀਅਰ ਜਾਵੇ ਸਾਰੇ ਘਰਾਂ ਥਾਰੇ ਘਰਾਂ ਆਵੇਂਗੇ ਵੀਰ ਇਹ ਝਾੜੂ ਕਾਰਡ ਵੀ ਦੇ ਕੇ ਜਾਵਾਂਗੇ ਥਾਰੇ ਘਰਾਂ ਵੀ ਉਹ ਕਾਰਡ ਇਸਕੇ ਉੱਪਰ ਨਿਸ਼ਾਨ ਬਣ ਰਿਹਾ ਇਸਨੂੰ ਦੱਬੇ ਜਾਗਾ ਉੱਥਾ ਔਰ ਵੀਰ ਇਹ ਕਹਿ ਲਓ ਵੀ ਇਹ ਕਹਿ ਰਹੇ ਵੀ ਮਨੀਸ਼ ਸਿਸੋਦੀਆ ਆਇਆ ਤਾਂ ਉੱਥਾ ਉਹ ਕੇਜਰੀਵਾਲ ਕਾ ਜੋੜੀਦਾਰ ਇਹ ਕਹਿ ਰਿਹਾ ਕਹਾ ਵੀਰ ਮਾਨੇ ਕਹਾ ਦਿੱਲੀ ਵਿੱਚ ਮੈਂ 70 ਸੀਟਾਂ ਦੀਆਂ ਕਹਾ 67 ਸੀਟਾਂ ਜਿੱਤੀਆਂ ਮਾਰੇ ਬਲੰਟਰ ਘਰਾਂ ਘਰਾਂ ਗਏ ਕਹਾ ਉੱਥੇ ਜਾ ਕੇ ਦੱਸ ਕਾ ਇਹਨੂੰ ਵੀ ਉਹ ਬਾਈ ਥਾਨੇ ਜਿਹੜੇ ਸ਼ੀਲਾ ਦੀਕਸ਼ਿਤ ਸਰਕਾਰ ਸੀ ਇਸਨੇ ਕਿਆ ਕਰਿਆ ਕੁਛ ਵੀ ਨਹੀਂ ਇਸੀ ਕਰਕੇ ਕਹਾ ਮੈਂ ਵੋਟਾਂ 67 ਸੀਟਾਂ ਜਿੱਤੀਆਂ ਕਹਾ ਨਾ ਦੇ ਲਓ ਇਹ ਭਾਰਤੀ ਜਨਤਾ ਪਾਰਟੀ ਕਾਂਗਰਸ ਲੱਭੀ ਨਹੀਂ ਕਹਾ ਕਿੱਧਰ ਗਈ ਕਹਾ ਲੱਭੀ ਨਹੀਂ ਕਹਾ ਕਾਂਗਰਸ ਪਾਰਟੀ ਇਸੀ ਕਾਰਨ ਮੈਂ ਤਿਆਰੀ ਕਰੀ ਗਾ ਜੀ ਬਲੰਟੇ ਰੂਠਾ ਲਾ ਤੇ ਫਿਰ ਚਲੋ ਖੈਰ ਵਧੀਆ ਚਲੋ ਬੰਦਾ ਜ਼ੋਰ ਤੋਂ ਮਾਰਿਆ ਵੀਰ ਬਾਕੀ ਉਹ ਜੇ ਸਿੰਘ ਦਾ ਪਤਾ ਲੱਗਿਆ ਵੀਰ ਆਜ਼ਾਦ ਉਮੀਦਵਾਰ ਖੜੇਗਾ ਮੈਂ ਕਹਾ ਬੀਬੀ ਖਾਲੜੇ ਦਾ ਪ੍ਰਚਾਰ ਮੈਂ ਖੜਾਂਗਾ ਜੀ ਬੀਬੀ ਖਾਲੜਾ ਜੇ ਸਾਥ ਹੋ ਕਹਾ ਪ੍ਰਚਾਰ ਕਰਾਂਗਾ ਔਰ ਉੱਥਾ ਐਚ ਐਸ ਫੁਲਕਾ ਵਗੈਰਾ ਦਾ ਕਹਾ ਵੀਰ ਕਹਾ ਬੀਬੀ ਖਾਲੜਾ ਨੂੰ ਕਹਾ ਪਾਓ ਵੋਟਾਂ ਕਹਾ ਉਹ ਛੱਡੋ ਕਹਾ ਬਾਕੀ ਹੋਰ ਵਾਲਾ ਪਾ ਔਰ ਉੱਥਾ ਬੀਬੀ ਜਗੀਰ ਕੌਰ ਵੀ ਟੈਂਸ਼ਨ ਮੈਂ ਹੋ ਰਹੀ ਵੀਰ ਔਰ ਅੱਜ ਕਹਾ ਵੀ ਉੱਥਾ ਸੰਗਰੂਰ ਦੇ ਵਿੱਚ ਰਜਿੰਦਰ ਕੌਰ ਭੱਠਲ ਉਹ ਬੀਬੀ ਭੱਠਲ ਗਈ ਉੱਥਾ ਜੀ ਜਿਹੜਾ ਕਾਂਗਰਸ ਵਾਲੇ ਖੜਾ ਕਰਿਆ ਕਰ ਲੰਡੀ ਜੀਪ ਦੇ ਵਿੱਚ ਮੈਂ ਪ੍ਰਚਾਰ ਕਰਿਆ ਬੀਬੀ ਅੱਗਾ ਫਰੰਟ ਸੀਟ ਪਰ ਬੈਠੀ ਔਰ ਪਿੱਛਾ ਉਹ ਜਿਹੜਾ ਕਾਂਗਰਸ ਵਾਲਾ ਉਮੀਦਵਾਰ ਖੜਾ ਕਰਿਆ ਕੇਵਲ ਢਿੱਲੋਂ ਕੇਵਲ ਖੜਿਆ ਪਿੱਛਾ ਉਹ ਬੈਲੀਗੇਟਰ ਜਿਹਾ ਫੜਕਾ ਕਹਾ ਵੀ ਰਲਕਾ ਪ੍ਰਚਾਰ ਕਰਿਆ ਇਹ ਦੱਸਿਆ ਮਾਨੇ ਵੀ ਮਾਰੀ ਲੜਾਈ ਹੈ ਨਹੀਂ ਵੀ ਭੁਲੇਖੇ ਮਾਰੇ ਹੋ ਚਲੋ ਕੋਈ ਮੈਨੂੰ ਕੋਈ ਟਿਕਟ ਨਹੀਂ ਦਾ ਕੋਈ ਬਾਤ ਨਹੀਂ ਚਲੋ ਇਹ ਮੈਂ ਚਲਾਂ ਵੀਰ ਅੱਜ ਕੀ ਉਹ ਬੜੀਆਂ ਮੁੱਖ ਖਬਰਾਂ ਕੱਲ੍ਹ ਨੂੰ ਤੁਹਾਡੇ ਮੈਂ ਫੇਰ ਪ੍ਰੋਗਰਾਮ ਦੇਗਾ ਹਾਜ਼ਰ ਹੋਵਾਂਗਾ ਔਰ ਆਜ ਨਿਊਜ਼ ਵਾਲਾ ਹਿੰਦੀ ਪੰਜਾਬੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਡੇ ਦਾ ਵਿਆਹ ਫਿਲਮ ਬਹੁਤ ਜਲਦੀ ਆ ਰਹੀ ਮੇਰੀ ਇਸ ਨੂੰ ਵੀ ਤੁਹਾਨੂੰ ਜ਼ਰੂਰ ਦੇਖਿਓ ਔਰ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਔਰ ਇਹ ਸਾਰਿਆਂ ਨੂੰ ਕਰਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ।